ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਹੀ ਨਵੇਂ ਸਾਲ ਦੀਆਂ ਢੇਰ ਸਾਰੀਆਂ ਮੁਬਾਰਕਾਂ। ਤੁਸੀਂ ਸਾਰੇ ਹੀ ਖੁਸ਼ ਰਹੋ, ਤੰਦਰੁਸਤ ਰਹੋ ਅਤੇ ਚੜ੍ਹਦੀ ਕਲਾ ਵਿੱਚ ਰਹੋ। ਅਤੇ ਗੱਲ ਕਰੀਏ ਖਾਸ ਖਬਰਾਂ ਦੀ, ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਡੱਲਾ ਜੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੇ ਖਿਲਾਫ ਆਪਣਾ ਸਖਤ ਸਟੈਂਡ ਲਿਆ। ਇਸ ਉੱਪਰ ਗੱਲ ਕਰੀਏ ਤਾਂ ਭਗਵੰਤ ਮਾਨ ਨੇ ਪੰਜਾਬ ਦੀ ਝਾਂਕੀ ਨੂੰ ਭਾਰਤ ਪਰ ਮੌਕੇ ਭੇਜਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਕਿਉਂਕਿ ਲਾਲ ਕਿਲੇ ਦੇ ਵਿੱਚ ਜੋ ਕਿ ਭਾਰਤ ਪਰਵ ਮਨਾਇਆ ਜਾਣਾ ਹੈ 23 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ, ਇਸ ਸਮੇਂ ਦੌਰਾਨ ਜੋ ਹੈ ਵੱਖ ਵੱਖ ਝਾਂਕੀਆਂ ਵੀ ਦਿਖਾਈਆਂ ਜਾਣੀਆਂ ਨੇ, ਅਤੇ ਉਸ ਪਰਵ ਮੌਕੇ ਜੋ ਹੈ ਭਗਵੰਤ ਮਾਨ ਨੇ ਪੰਜਾਬ ਦੀ ਝਾਂਕੀ ਭੇਜਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਹਾਲਾਂਕਿ ਭਗਵੰਤ ਮਾਨ ਕਾਫ਼ੀ ਨਾਰਾਜ਼ ਵੀ ਨਜ਼ਰ ਆ ਰਹੇ ਨੇ, ਕਿਉਂਕਿ ਭਗਵੰਤ ਮਾਨ ਸਾਫ਼ ਤੌਰ 'ਤੇ ਕਹਿੰਦੇ ਇਹ ਵੀ ਨਜ਼ਰ ਆਉਂਦੇ ਨੇ ਕਿ BJP ਦੀ NOC ਦੀ ਲੋੜ ਨਹੀਂ ਹੈ। ਨਾਰਾਜ਼ਗੀ ਸਾਫ਼ ਤੌਰ 'ਤੇ ਅਸੀਂ ਸਾਰੇ ਜਾਣਦੇ ਹਾਂ ਕਿ ਗਣਤੰਤਰ ਦਿਵਸ ਦੀ ਪਰੇਡ ਮੌਕੇ ਪੰਜਾਬ ਦੀ ਝਾਂਕੀ ਨੂੰ ਸ਼ਾਮਿਲ ਨਹੀਂ ਕੀਤਾ ਜਾ ਰਿਹਾ, ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਹੈ। ਸੋ ਇਸ ਸਾਰੇ ਮਾਮਲੇ ਦੇ ਉੱਪਰ ਹੁਣ ਤੁਸੀਂ ਕੀ ਕਹਿਣਾ ਚਾਹੋਗੇ, ਜਿਹੜਾ ਹੁਣ ਸਟੈਂਡ ਲੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ ਪਰਵ ਮੌਕੇ ਪੰਜਾਬ ਦੀ ਝਾਂਕੀ ਨੂੰ ਨਾ ਭੇਜਣ ਨੂੰ ਲੈ ਕੇ? ਹਰਜੋਤ ਜੀ, ਅਸਲ 'ਚ ਭਗਵੰਤ ਮਾਨ ਕੇਂਦਰ ਸਰਕਾਰ ਤੋਂ ਕਾਫੀ ਜ਼ਿਆਦਾ ਨਾਰਾਜ਼ ਨੇ। ਭਾਰਤ ਸਰਕਾਰ ਵੱਲੋਂ ਹਰ ਸਾਲ ਗਣਤੰਤਰ ਦਿਵਸ ਮੌਕੇ ਪਰੇਡ ਦੌਰਾਨ ਝਾਕੀਆਂ ਦਾ ਵਿਖਾਵਾ ਕੀਤਾ ਜਾਂਦਾ ਹੈ। ਪੂਰੇ ਮੁਲਕ ਦੇ ਵਿੱਚ ਟੈਲੀਵਿਜ਼ਨਾਂ ਦੇ ਜ਼ਰੀਏ ਉਹਨਾਂ ਝਾਕੀਆਂ ਦੀ ਅਹਿਮੀਅਤ ਪਹੁੰਚਦੀ ਹੈ, ਕਿਉਂਕਿ ਅਨਾਊਂਸਰ ਲਗਾਤਾਰ ਉਸ ਝਾਕੀ ਦੀ ਖਾਸੀਅਤ ਦੱਸਦੇ ਨੇ। ਇਸ ਵਾਰ ਵੀ 26 ਜਨਵਰੀ ਦੀ ਪਰੇਡ ਲਈ ਪੰਜਾਬ ਦੀਆਂ ਝਾਕੀਆਂ ਪ੍ਰਸਤਾਵਿਤ ਤੌਰ 'ਤੇ ਭੇਜੀਆਂ ਗਈਆਂ ਸੀ, ਪਰ 26 ਜਨਵਰੀ ਦੀ ਪਰੇਡ ਦੇ ਵਿੱਚ ਪੰਜਾਬ ਦੀਆਂ ਝਾਕੀਆਂ ਨੂੰ ਥਾਂ ਨਹੀਂ ਮਿਲੀ। ਪਿਛਲੇ ਵਰ੍ਹੇ ਵੀ ਪੰਜਾਬ ਦੀਆਂ ਝਾਕੀਆਂ ਨੂੰ ਥਾਂ ਨਹੀਂ ਮਿਲੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵੀ 8-9 ਵਾਰ ਪੰਜਾਬ ਦੀਆਂ ਝਾਕੀਆਂ ਨੂੰ ਥਾਵਾਂ ਨਹੀਂ ਮਿਲੀਆਂ ਗਣਤੰਤਰ ਦਿਵਸ ਪਰੇਡ ਦੇ ਵਿੱਚ, ਪਰ ਉਸ ਵੇਲੇ ਦੀਆਂ ਸਾਡੀਆਂ ਸਰਕਾਰਾਂ, ਸਾਡੇ ਮੰਤਰੀਆਂ ਨੇ ਇਸ ਗੱਲ ਨੂੰ ਵੱਡਾ ਮੁੱਦਾ ਨਹੀਂ ਬਣਾਇਆ। ਭਗਵੰਤ ਮਾਨ ਉਹਨਾਂ ਦਾ ਇਹ ਕਹਿਣਾ ਹੈ ਕਿ ਪੱਖਪਾਤ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਕਰ ਰਹੀ ਹੈ, ਕਿਉਂਕਿ ਇਸ ਵਾਰ ਦਿੱਲੀ ਦੀਆਂ ਝਾਕੀਆਂ ਨੂੰ ਵੀ ਜਗ੍ਹਾ ਨਹੀਂ ਮਿਲੀ। ਹੁਣ ਪਿਛਲੇ ਸਮਿਆਂ ਦੇ ਵਿੱਚ ਵੀ ਅਗਰ ਝਾਕੀਆਂ ਪੰਜਾਬ ਦੀਆਂ ਨਹੀਂ ਵਿਖਾਈਆਂ ਗਈਆਂ ਤਾਂ ਉਸ ਵੇਲੇ ਦੇ ਲੀਡਰਾਂ ਨੂੰ ਵੀ ਘੱਟੋ ਘੱਟ ਇਹ ਮੰਗ ਜ਼ਰੂਰ ਕਰਨੀ ਚਾਹੀਦੀ ਸੀ, ਭਾਵੇਂ ਅਕਾਲੀ ਦਲ ਦਾ ਮੁੱਖ ਮੰਤਰੀ ਸੀ ਜਾਂ ਕਾਂਗਰਸ ਦਾ ਮੁੱਖ ਮੰਤਰੀ ਸੀ, ਕਿ ਸਾਰੇ ਮੁਲਕ ਦੇ ਜਿਹੜੇ ਸੂਬੇ ਨੇ ਉਹਨਾਂ ਦੀਆਂ ਝਾਕੀਆਂ ਲਾਜ਼ਮੀ ਤੌਰ 'ਤੇ ਦਿਖਾਈਆਂ ਜਾਣੀਆਂ ਚਾਹੀਦੀਆਂ ਨੇ। ਕਿਉਂਕਿ ਜਵਾਬ ਜਿਹੜਾ ਹੁਣ ਆਇਆ ਹੈ ਕਿ ਥੀਮ ਦੇ ਮੁਤਾਬਕ ਨਹੀਂ ਸੀ, ਸੋ ਥੀਮ ਦੇ ਮੁਤਾਬਕ ਝਾਕੀਆਂ ਬਣਾਈਆਂ ਜਾ ਸਕਦੀਆਂ ਨੇ ਅਗਰ ਕੋਈ ਕਮੀ ਪੇਸ਼ੀ ਹੈ। ਅਗਰ ਸਾਡਾ ਰੱਖਿਆ ਮੰਤਰਾਲਾ ਕਹਿੰਦਾ ਹੈ ਕਿ ਇਸ ਥੀਮ ਦੇ ਮੁਤਾਬਕ ਹੀ ਝਾਕੀ ਹੋਣੀ ਚਾਹੀਦੀ ਹੈ, ਅਗਰ ਕੋਈ ਉਹਨਾਂ ਨੂੰ ਨਾ ਪਸੰਦਗੀ ਹੈ, ਕੋਈ ਤਸੱਲੀ ਨਹੀਂ ਹੈ, ਤਾਂ ਉਹ ਕਹਿ ਕੇ ਤਿਆਰ ਕਰਾਈ ਜਾ ਸਕਦੀ ਹੈ, ਕਿਉਂਕਿ ਝਾਕੀਆਂ ਦੇ ਲਈ ਬਕਾਇਦਾ ਟੀਮਾਂ ਨੇ, ਮਹਿਕਮੇ ਨੇ, ਅਫਸਰ ਨੇ, ਸੋ ਇਹ ਕੋਈ ਬਹੁਤਾ ਔਖਾ ਕੰਮ ਨਹੀਂ ਹੈ। ਪੂਰੇ ਮੁਲਕ ਦੇ ਸਾਰੇ ਸੂਬਿਆਂ ਦੀਆਂ ਝਾਕੀਆਂ ਹੀ ਉੱਥੇ ਦਿਖਾਈਆਂ ਜਾਣ, ਇਸ ਤਰ੍ਹਾਂ ਦਾ ਕਾਨੂੰਨ ਬਣਨਾ ਚਾਹੀਦਾ। ਸੋ ਭਗਵੰਤ ਮਾਨ ਨੇ ਇਸ ਗੱਲ ਦੀ ਵਕਾਲਤ ਕੀਤੀ ਕਿ ਹਰ ਹਾਲਤ ਦੇ ਵਿੱਚ ਸੂਬੇ ਦੀ ਝਾਕੀ ਵਿਖਾਈ ਜਾਣੀ ਚਾਹੀਦੀ ਹੈ। ਹੁਣ ਜਦੋਂ ਇਹ ਮਾਮਲਾ ਬਹੁਤ ਵੱਡਾ ਹੋ ਗਿਆ, ਹਾਲਾਂਕਿ ਸੁਨੀਲ ਜਾਖੜ ਵਰਗਿਆਂ ਨੇ ਤਾਂ ਇਲਜ਼ਾਮ ਲਾ ਤੇ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਤਸਵੀਰ ਆਪਣੀ ਲਗਾਉਣਾ ਚਾਹੁੰਦੇ ਸੀ, ਅਤੇ ਭਗਵੰਤ ਮਾਨ ਨੇ ਉਹਦਾ ਵੀ ਬਹੁਤ ਬੁਰਾ ਮਨਾਇਆ। ਇਸ ਮੁੱਦੇ ਨਾਲ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਕੇਂਦਰ ਸਰਕਾਰ ਦਾ ਜਿਹੜਾ ਅਕਸ ਹੈ ਉਹ ਖਰਾਬ ਹੋਇਆ ਹੈ। ਭਾਵੇਂ BJP ਦੇ ਲੀਡਰਾਂ ਦੀ ਬਿਆਨਬਾਜ਼ੀ ਸੀ, ਭਾਵੇਂ ਭਗਵੰਤ ਮਾਨ ਦਾ ਵੱਡਾ ਸਿਆਸੀ ਹਮਲਾ ਸੀ, ਆਮ ਲੋਕਾਂ ਦੇ ਵਿੱਚ ਇਹ ਗੱਲ ਚਲੀ ਗਈ ਕਿ ਪੰਜਾਬ ਦੀ ਝਾਕੀ ਨਹੀਂ ਵਿਖਾਈ ਜਾ ਰਹੀ, ਔਰ ਭਗਵੰਤ ਮਾਨ ਨੇ ਹੋਰ ਸਖ਼ਤ ਸਟੈਂਡ ਲਿਆ। ਕੱਲ੍ਹ ਵੀ
ਜਿਹੜਾ ਡਿਫੈਂਸ ਮਿਨਿਸਟਰੀ ਤੋਂ ਇੱਕ ਚਿੱਠੀ ਪੰਜਾਬ ਦੇ ਮੁੱਖ ਮੰਤਰੀ ਨੂੰ ਪਰਸੋਂ ਆਈ, ਜਿਹੜੀ ਉਹਨਾਂ ਨੇ ਕੱਲ੍ਹ ਟਵੀਟ ਕਰਤੀ, ਜਿਹਦੇ ਵਿੱਚ ਲਿਖਿਆ ਗਿਆ ਸੀ ਕਿ ਅਸੀਂ 23 ਤੋਂ 31 ਜਨਵਰੀ ਤੱਕ ਭਾਰਤ ਪਰਵ ਮਨਾ ਰਹੇ ਹਾਂ ਅਤੇ ਲਾਲ ਕਿਲੇ ਦੇ ਵਿੱਚ ਝਾਕੀਆਂ ਦੀ ਪ੍ਰਦਰਸ਼ਨੀ ਹੋਣੀ ਹੈ। ਸੋ ਜਦਕਿ ਮੁੱਖ ਮੰਤਰੀ ਨੇ ਸਾਫ਼ ਤੌਰ 'ਤੇ ਇਨਕਾਰ ਕਰ ਦਿੱਤਾ। ਮੁੱਖ ਮੰਤਰੀ ਨੇ ਕੱਲ੍ਹ ਟਵੀਟ ਕੀਤਾ, ਕਹਿੰਦੇ ਅਸੀਂ ਸਾਰੇ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਊਧਮ ਸਿੰਘ, ਮਾਈ ਭਾਗੋ, ਕਰਤਾਰ ਸਰਾਭੇ, ਗਦਰੀ ਬਾਬੇ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਰਿਜੈਕਟਡ ਕੈਟਾਗਰੀਜ਼ ਵਿੱਚ ਨਹੀਂ ਭੇਜਣਾ ਚਾਹੁੰਦੇ, ਨਹੀਂ ਭੇਜਣਾ ਅਸੀਂ। ਕਹਿੰਦੇ ਸਾਡੇ ਹੀਰੋ ਨੇ, ਇਹਨਾਂ ਦਾ ਮਾਣ ਸਨਮਾਨ ਕਰਨਾ ਅਸੀਂ ਜਾਣਦੇ ਹਾਂ, ਭਾਜਪਾ ਦੀ NOC ਦੀ ਲੋੜ ਨਹੀਂ। ਸੋ ਭਗਵੰਤ ਮਾਨ ਨੇ ਬਹੁਤ ਤਿੱਖਾ ਸਟੈਂਡ ਇਸ ਪੂਰੇ ਮਾਮਲੇ 'ਤੇ ਲਿਆ। ਹਾਲਾਂਕਿ ਉਹਨਾਂ ਨੇ ਐਲਾਨ ਵੀ ਕੀਤਾ ਕੁਝ ਦਿਨ ਪਹਿਲਾਂ ਕਿ ਉਹ ਪੰਜਾਬ ਦੇ ਵਿੱਚ ਉਹ ਸਾਰੀਆਂ ਝਾਕੀਆਂ ਨੇ ਜਿਹੜੀਆਂ ਥਾਂ ਥਾਂ 'ਤੇ ਲੈ ਕੇ ਜਾਣਗੇ ਔਰ ਦਿੱਲੀ ਪੰਜਾਬ ਭਵਨ ਦੇ ਵਿੱਚ ਵੀ ਉਸ ਝਾਕੀ ਨੂੰ ਭੇਜਣਗੇ ਔਰ ਦਿੱਲੀ 'ਚ ਵੀ ਆਮ ਆਦਮੀ ਪਾਰਟੀ ਵੱਲੋਂ, ਸਰਕਾਰ ਵੱਲੋਂ ਵੱਖ ਵੱਖ ਥਾਵਾਂ 'ਤੇ ਉਹ ਝਾਕੀ ਵਿਖਾਈ ਜਾ ਸਕਦੀ ਹੈ ਆਮ ਆਦਮੀ ਪਾਰਟੀ ਵੱਲੋਂ। ਅਸਲ 'ਚ ਭਗਵੰਤ ਮਾਨ ਸਾਫ਼ ਤੌਰ 'ਤੇ ਕਹਿ ਰਹੇ ਨੇ ਕਿ ਝਾਕੀ ਅਗਰ ਨਹੀਂ ਵਿਖਾਈ ਗਈ ਤਾਂ ਸਾਨੂੰ ਕਾਰਨ ਵੀ ਨਹੀਂ ਦੱਸਿਆ ਗਿਆ ਕਿ ਝਾਕੀ ਕਿਉਂ ਨਹੀਂ ਵਿਖਾਈ ਜਾ ਰਹੀ, ਕਿਉਂ ਸਾਡੀਆਂ ਝਾਕੀਆਂ ਰੱਦ ਕੀਤੀਆਂ ਗਈਆਂ। ਔਰ ਤੁਲਨਾ ਕੀਤੀ ਭਗਵੰਤ ਮਾਨ ਨੇ ਕਿ ਮਹਾਰਾਸ਼ਟਰ ਦੀ ਝਾਕੀ ਦੇ ਵਿੱਚ ਵੀ ਉੱਥੋਂ ਦੀ ਵਿਰਾਸਤ ਸੀ, ਪੰਜਾਬ ਦੀ ਝਾਕੀ ਦੇ ਵਿੱਚ ਵਿਰਾਸਤ ਸੀ, ਸਾਡੀ ਝਾਕੀ ਨੂੰ ਕਿਉਂ ਨਹੀਂ ਸ਼ਾਮਿਲ ਕੀਤਾ ਗਿਆ। ਇਹ ਮੁੱਦਾ ਬਹੁਤ ਵੱਡਾ ਬਣ ਗਿਆ ਔਰ ਆਉਂਦੇ ਦਿਨਾਂ ਦੇ ਵਿੱਚ ਇਸ ਮੁੱਦੇ 'ਤੇ ਹੋਰ ਵੀ ਜਿਹੜੇ ਲੀਡਰ ਨੇ ਉਹਨਾਂ ਦੇ ਬਿਆਨ ਆਉਣਗੇ। ਹਾਲਾਂਕਿ BJP ਔਰ ਆਮ ਆਦਮੀ ਪਾਰਟੀ 'ਚ ਪਲਟਵਾਰ ਹੈ। ਆਮ ਆਦਮੀ ਪਾਰਟੀ ਦੀ ਮਨਸ਼ਾ ਸਾਫ਼ ਤੌਰ 'ਤੇ ਇਹ ਹੈ ਕਿ ਹਰ ਹਾਲਤ 'ਚ ਝਾਕੀਆਂ ਵਿਖਾਈਆਂ ਜਾਣੀਆਂ ਚਾਹੀਦੀਆਂ ਸੀ। BJP ਵੱਲੋਂ ਫੋਟੋਆਂ ਦੀ ਗੱਲ ਉਜਾਗਰ ਕੀਤੀ ਗਈ ਅਤੇ ਭਗਵੰਤ ਮਾਨ ਨੇ ਕਹਿ ਦਿੱਤਾ ਕਿ ਮੈਂ ਰਾਜਨੀਤੀ ਛੱਡ ਦੂੰਗਾ ਅਗਰ ਅਸੀਂ ਫੋਟੋਆਂ ਭੇਜੀਆਂ। ਸੋ ਸਾਬਤ ਹੁਣ BJP ਨੇ ਕਰਨਾ ਕਿ ਕੀ ਸੱਚਮੁੱਚ ਫੋਟੋਆਂ ਭੇਜੀਆਂ ਜਾਂ ਨਹੀਂ, ਕਿਉਂਕਿ ਭਗਵੰਤ ਮਾਨ ਹੁਣ ਇਸ ਤੋਂ ਵੱਧ ਕੀ ਕਹਿ ਦੇਣ ਕਿ ਮੈਂ ਰਾਜਨੀਤੀ ਛੱਡ ਦਊਂਗਾ ਅਗਰ ਮੈਂ ਫੋਟੋਆਂ ਭੇਜੀਆਂ ਹੋਣ। ਸੋ ਭਗਵੰਤ ਮਾਨ ਦੀ ਗੱਲ 'ਤੇ ਭਰੋਸਾ ਕਰਨਾ ਬਣਦਾ, ਕਿਉਂਕਿ ਕੋਈ ਵੀ ਰਾਜਨੀਤੀ ਛੱਡਣ ਦਾ ਮਤਲਬ ਹੈ ਕਿ ਮੁੱਖ ਮੰਤਰੀ ਆਪਣਾ ਅਹੁਦਾ ਛੱਡਣ ਦੀ ਪੇਸ਼ਕਸ਼ ਕਰ ਰਹੇ ਨੇ। ਸੋ ਇਸ ਕਰਕੇ ਭਰੋਸਾ ਕਰਨਾ ਬਣਦਾ ਜਦੋਂ ਇੱਕ ਮੁੱਖ ਮੰਤਰੀ ਪੱਤਰਕਾਰਾਂ ਦੇ ਸਾਹਮਣੇ ਇਹ ਗੱਲ ਕਹਿੰਦਾ। ਇਸ ਕਰਕੇ ਮੈਨੂੰ ਲੱਗਦਾ ਕਿ ਪਾਰਲੀਮੈਂਟ ਦੇ ਵਿੱਚ ਇਸ ਮਸਲੇ 'ਤੇ ਜ਼ਰੂਰ ਗੱਲ ਹੋਣੀ ਚਾਹੀਦੀ ਹੈ। ਇਹ ਮਸਲਾ ਛੋਟਾ ਨਹੀਂ ਹੈ, ਪੰਜਾਬ ਦੇ ਸ਼ਹੀਦ, ਪੰਜਾਬ ਦਾ ਵਿਰਸਾ, ਦੇਸ਼ ਦੀ ਆਜ਼ਾਦੀ ਲਈ ਜਿਹੜੀ ਭੂਮਿਕਾ ਪੰਜਾਬ ਔਰ ਪੰਜਾਬੀਆਂ ਨੇ ਅਦਾ ਕੀਤੀ ਹੈ, ਕੋਈ ਵੀ ਅਜਿਹਾ ਥੀਮ ਨਹੀਂ ਹੈ ਜਿਹਦੇ ਵਿੱਚ ਪੰਜਾਬ ਨੂੰ ਸ਼ਾਮਿਲ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਇਹ ਕਾਨੂੰਨ 'ਚ ਔਰ ਨਿਯਮਾਂ 'ਚ ਤਬਦੀਲੀ ਕਰਨ ਦੀ ਲੋੜ ਹੈ। ਕੋਈ ਸੂਬਾ ਅਜਿਹਾ ਨਹੀਂ ਹੋਣਾ ਚਾਹੀਦਾ ਜਿਸ ਦੀ ਝਾਕੀ 26 ਜਨਵਰੀ ਵਾਲੇ ਦਿਨ ਨਾ ਵਿਖਾਈ ਜਾਵੇ, ਇਹ ਲਾਜ਼ਮੀ ਬਣਾ ਦਿੱਤਾ ਜਾਣਾ ਚਾਹੀਦਾ। ਡੱਲਾ ਜੀ, ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਤੋਂ ਰੈਲੀ ਦਾ ਐਲਾਨ ਕਰ ਦਿੱਤਾ ਹੈ, ਰੈਲੀ ਕਰਨ ਜਾ ਰਹੇ ਨੇ ਅਤੇ ਇਸ ਵਾਰੀ 7 ਜਨਵਰੀ ਨੂੰ ਬਠਿੰਡਾ ਦਿਹਾਤੀ ਦੇ ਵਿੱਚ ਇਹ ਰੈਲੀ ਕੀਤੀ ਜਾਣੀ ਹੈ। ਪਰ ਖਾਸ ਗੱਲ ਹੁਣ ਇੱਥੇ ਇਹ ਵੀ ਰਹਿਣ ਵਾਲੀ ਹੈ ਕਿ ਇਸ ਵਾਰ ਜਿਹੜੇ ਰੈਲੀ ਦੇ ਪੋਸਟਰ ਬਣਾਏ ਗਏ ਨੇ ਉਸਦੇ ਵਿੱਚ ਪਾਰਟੀ ਪ੍ਰਧਾਨ ਰਾਜਾ ਵੜਿੰਗ ਦੀ ਫੋਟੋ, ਉਹਨਾਂ ਦੀ ਤਸਵੀਰ ਵੀ ਲਗਾਈ ਗਈ ਹੈ, ਨਾਲ ਹੀ ਕਾਂਗਰਸ ਪੰਜਾਬ ਦੇ ਜਿਹੜੇ ਪ੍ਰਭਾਰੀ ਹੈ ਉਹਨਾਂ ਦੀ ਤਸਵੀਰ ਵੀ ਲਗਾਈ ਗਈ ਹੈ। ਤਾਂ ਹੁਣ ਸਵਾਲ ਕਾਫੀ ਇਹ ਖੜ੍ਹੇ ਜ਼ਰੂਰ ਹੋਏ ਪਏ ਨੇ, ਚਰਚਾਵਾਂ ਇਹ ਵੀ ਜ਼ਰੂਰ ਨੇ ਕਿ ਕੀ ਇਸ ਰੈਲੀ ਦਾ ਹਿੱਸਾ ਰਾਜਾ ਵੜਿੰਗ ਅਤੇ ਦਵਿੰਦਰ ਯਾਦਵ ਜੋ ਹੈ ਹੋਣਗੇ, ਉੱਥੇ ਪਹੁੰਚਣਗੇ। ਸੋ ਇਹ ਜਿਹੜੀਆਂ ਸਿਆਸੀ ਸਥਿਤੀਆਂ ਬਣਦੀਆਂ ਨਜ਼ਰ ਆ ਰਹੀਆਂ ਨੇ ਕਾਂਗਰਸ ਪਾਰਟੀ ਨੂੰ ਲੈ ਕੇ, ਜਿਹੜੀਆਂ ਹੁਣ ਇਹ ਚਰਚਾਵਾਂ ਚੱਲ ਰਹੀਆਂ ਨੇ, ਸੋ ਕੀ ਕਹਿਣਾ ਚਾਹੋਗੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਇਹ 7 ਜਨਵਰੀ ਨੂੰ ਰੈਲੀ ਹੋਣ ਜਾ ਰਹੀ ਹੈ ਬਠਿੰਡਾ ਦਿਹਾਤੀ ਦੇ ਵਿੱਚ? ਹਰਜੋਤ ਜੀ, ਕੱਲ੍ਹ 31 ਦਸੰਬਰ ਨੂੰ ਨਵਜੋਤ ਸਿੰਘ ਸਿੱਧੂ ਦੀ ਲੋਕ ਮਿਲਣੀ ਦਾ ਇੱਕ ਪੋਸਟਰ ਰਿਲੀਜ਼ ਹੋਇਆ। ਹਰਵਿੰਦਰ ਲਾਡੀ ਜਿਹੜੇ ਕਿ ਦਿਹਾਤੀ ਬਠਿੰਡਾ ਨੂੰ ਰਿਪ੍ਰਜੈਂਟ ਕਰਦੇ ਨੇ, ਨਵਜੋਤ ਸਿੰਘ ਸਿੱਧੂ ਦੇ ਕਰੀਬੀ ਆਗੂ ਨੇ, ਨਵਜੋਤ ਸਿੰਘ ਸਿੱਧੂ ਦੇ ਨਾਲ ਨਾਲ
ਉਹ ਖੁਦ ਚੋਣ ਲੜੇ ਸੀ ਪਿਛਲੀ ਵਾਰ ਬਠਿੰਡਾ ਦਿਹਾਤੀ ਤੋਂ। ਇਸ ਵਾਰ ਉਹਨਾਂ ਨੇ ਜਿਹੜਾ ਕੱਲ੍ਹ ਪੋਸਟਰ ਜਾਰੀ ਕੀਤਾ ਇਹ ਲੋਕ ਮਿਲਣੀ ਦਾ ਪੋਸਟਰ ਹੈ, ਇੱਕ ਤਰੀਕੇ ਨਾਲ ਇੱਕ ਰੈਲੀ ਹੈ। ਲੇਕਿਨ ਜਿਹੜੀ ਨਵੀਂ ਗੱਲ ਹੋਈ ਹੈ, ਪਿਛਲੀ ਵਾਰ ਜਦੋਂ ਮਹਿਰਾਜ ਦੇ ਵਿੱਚ ਲੋਕ ਮਿਲਣੀ ਕੀਤੀ ਗਈ ਉੱਥੇ ਵੀ ਹਰਵਿੰਦਰ ਸਿੰਘ ਲਾਡੀ ਔਰ ਉੱਥੋਂ ਦੇ ਜਿਹੜੇ ਸਥਾਨਕ ਆਗੂ ਸੀ ਰਾਜਾ ਮਹਿਰਾਜ, ਉਹਨਾਂ ਦੇ ਯਤਨ ਸੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਕਾਂਗਰਸ ਦੇ ਵਲੰਟੀਅਰ ਸੀ, ਵਰਕਰ ਸੀ, ਉਹਨਾਂ ਦਾ ਸਮੂਹਿਕ ਯਤਨ ਸੀ, ਕਈ ਲੋਕਲ ਯੂਨੀਅਨਾਂ ਸੀ। ਇਸ ਵਾਰ ਵੀ ਸਮੂਹਿਕ ਯਤਨ ਹੈ, ਹਰਵਿੰਦਰ ਸਿੰਘ ਲਾਡੀ ਦੇ ਨਾਲ ਹੋਰ ਬਹੁਤ ਸਾਰੇ ਵਰਕਰ ਵਲੰਟੀਅਰ ਅਹੁਦੇਦਾਰ ਸਰਗਰਮ ਨੇ ਇਸ ਲੋਕ ਮਿਲਣੀ ਨੂੰ ਰੈਲੀ ਨੁਮਾ ਲੋਕ ਮਿਲਣੀ ਬਣਾਉਣ ਦੇ ਲਈ। ਹੁਣ ਫਰਕ ਇਹ ਹੈ ਕਿ ਪੋਸਟਰ ਪਿਛਲੀ ਵਾਰੀ ਵੀ ਤਸਵੀਰਾਂ ਛਾਪੀਆਂ ਗਈਆਂ, ਪਿਛਲੀ ਵਾਰੀ ਬੀਬੀ ਸੋਨੀਆ ਗਾਂਧੀ, ਪ੍ਰਿੰਕਾ ਗਾਂਧੀ, ਰਾਹੁਲ ਗਾਂਧੀ ਔਰ ਮਲਿਕਾਰਜੁਨ ਖੜਗੇ, ਮਾਫ਼ ਕਰਨਾ, ਸ਼ਾਇਦ ਸੋਨੀਆ ਗਾਂਧੀ ਜੀ ਦੀ ਤਸਵੀਰ ਨਹੀਂ ਸੀ। ਸੋ ਇਹ ਤਿੰਨ ਤਸਵੀਰਾਂ ਪਿਛਲੀ ਵਾਰੀ ਵੀ ਛਾਪੀਆਂ ਗਈਆਂ, ਇਸ ਵਾਰ ਵੀ ਛਾਪੀਆਂ ਗਈਆਂ, ਪਰ ਇਸ ਵਾਰ ਨਾਲ ਜਿਹੜੇ ਪ੍ਰਭਾਰੀ ਨੇ, ਜਿਹੜੇ ਇਸ ਵਾਰ ਪੰਜਾਬ ਦੇ ਨਵੇਂ ਬਣੇ ਪ੍ਰਭਾਰੀ ਨੇ ਦਵਿੰਦਰ ਯਾਦਵ, ਉਹਨਾਂ ਦੀ ਤਸਵੀਰ ਹੈ, ਸੋਨੀਆ ਗਾਂਧੀ ਦੀ ਤਸਵੀਰ ਹੈ ਔਰ ਇਹਦੇ ਨਾਲ ਨਾਲ ਤਸਵੀਰ ਹੈ ਰਾਜਾ ਵੜਿੰਗ ਦੀ। ਰਾਜਾ ਵੜਿੰਗ ਜਿਹੜੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ। ਪਿਛਲੀ ਵਾਰੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਏ ਕਿ ਨਵਜੋਤ ਸਿੰਘ ਸਿੱਧੂ ਦੀ ਰੈਲੀ 'ਚ ਸਥਾਨਕ ਲੀਡਰਸ਼ਿਪ ਦੀਆਂ ਤਸਵੀਰਾਂ ਨਹੀਂ ਸੀ, ਸਥਾਨਕ ਲੀਡਰਸ਼ਿਪ ਨਹੀਂ ਸੀ। ਸੋ ਇਸ ਵਾਰ ਜਿਹੜੀ ਲੋਕ ਮਿਲਣੀ ਰੱਖੀ ਗਈ ਹੈ ਜਾਂ ਰੈਲੀ ਰੱਖੀ ਗਈ ਹੈ, ਇਸ ਵਾਰ ਵੀ ਇਸ ਰੈਲੀ ਦੇ ਵਿੱਚ ਵੱਡਾ ਇਕੱਠ ਹੋਣ ਦੀ ਸੰਭਾਵਨਾ, ਕਿਉਂਕਿ ਪਿਛਲੀ ਵਾਰੀ ਵੀ ਜਦੋਂ ਨਵਜੋਤ ਸਿੰਘ ਸਿੱਧੂ ਦੀ ਰੈਲੀ ਸੀ ਤਾਂ 2-3 ਦਿਨਾਂ ਦੇ ਵਿੱਚ ਹੀ ਉੱਥੇ ਇੰਨਾ ਜ਼ਿਆਦਾ ਪ੍ਰਚਾਰ ਹੋ ਗਿਆ ਵਰਕਰਾਂ ਦੇ ਵਿੱਚ ਕਿ ਹਜ਼ਾਰਾਂ ਲੋਕ ਪਹੁੰਚ ਗਏ, 8-10 ਹਜ਼ਾਰ ਦੇ ਕਰੀਬ ਦਾ ਇਕੱਠ ਸੀ। ਇਸ ਵਾਰ ਵੀ ਇਸੇ ਤਰ੍ਹਾਂ ਇੰਨਾ ਵੱਡਾ ਇਕੱਠ ਉਸ ਲੋਕ ਮਿਲਣੀ ਦੇ ਵਿੱਚ ਹੋ ਸਕਦਾ ਜਿੱਥੇ ਨਵਜੋਤ ਸਿੰਘ ਸਿੱਧੂ ਸੰਬੋਧਨ ਕਰਨਗੇ। ਨੀਤੀਗਤ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਸ਼ੈਲੀ ਹੈ, ਪੰਜਾਬ ਮਾਡਲ ਦੇ ਜ਼ਰੀਏ ਨੀਤੀਆਂ ਦੀ ਸਿਆਸਤ ਨਵਜੋਤ ਸਿੰਘ ਸਿੱਧੂ ਕਰਦੇ ਨੇ, ਲੋਕ ਮੁੱਦੇ ਉਭਾਰਦੇ ਨੇ, ਸੂਬਾ ਸਰਕਾਰ ਦੀਆਂ ਜਿਹੜੀਆਂ ਨੀਤੀਗਤ ਤਰੁੱਟੀਆਂ ਨੇ ਉਹਨਾਂ 'ਤੇ ਉਹ ਤੰਜ ਕਰਦੇ ਨੇ, ਕੇਂਦਰ ਸਰਕਾਰ ਦੀਆਂ ਕਮੀਆਂ 'ਤੇ ਤੰਜ ਕਰਦੇ ਨੇ ਔਰ 2024 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਕਿਸ ਤਰ੍ਹਾਂ ਉਮੀਦਵਾਰ ਚੁਣਨ ਜਾਂ ਕਾਂਗਰਸ ਨੂੰ ਕਿਉਂ ਚੁਣਨ, ਉਹ ਸਾਰੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਕਰਦੇ ਨੇ। ਹੁਣ ਦੇਖਣ ਵਾਲੀ ਗੱਲ ਇਸ ਵਾਰ ਇਹ ਰਹੇਗੀ ਕਿ ਕੀ ਇਸ ਵਾਰ ਇਸ ਰੈਲੀ ਦੇ ਮੰਚ 'ਤੇ ਰਾਜਾ ਵੜਿੰਗ ਸੰਬੋਧਨ ਕਰਨ ਆਉਣਗੇ, ਦਵਿੰਦਰ ਯਾਦਵ ਜਿਹੜੇ ਕਾਂਗਰਸ ਦੇ ਪ੍ਰਭਾਰੀ ਨੇ ਕੀ ਉਹ ਆਉਣਗੇ। ਕੋਈ ਵੱਡੀ ਗੱਲ ਨਹੀਂ ਕਿ ਉਹ ਨਾ ਆਉਣ, ਪਰ ਪਿਛਲੀ ਵਾਰੀ ਬਹੁਤ ਸਾਰੇ ਲੀਡਰਾਂ ਨੇ ਨਵਜੋਤ ਸਿੰਘ ਸਿੱਧੂ ਦੀ ਰੈਲੀ ਨੂੰ ਮੁੱਦਾ ਬਣਾਇਆ ਸੀ ਕਿ ਸੂਬੇ ਦੀ ਲੀਡਰਸ਼ਿਪ ਨਹੀਂ ਸੱਦੀ ਗਈ। ਹੁਣ ਇਸ ਵਾਰ ਜਦੋਂ ਤਸਵੀਰਾਂ ਆ ਗਈਆਂ ਨੇ ਸੂਬੇ ਦੀਆਂ ਲੀਡਰਾਂ ਦੀ ਔਰ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਦਿੱਤਾ ਆਲ ਇਨਵਾਈਟਡ, ਅਤੇ ਇਹ ਮਸਲਾ ਇਸ ਵਕਤ ਸੁਰਖੀਆਂ ਦੇ ਵਿੱਚ ਰਹਿਣਾ ਹੈ ਕਿ ਕੀ ਕਾਂਗਰਸ ਪ੍ਰੈਜ਼ੀਡੈਂਟ ਪੰਜਾਬ ਦੇ ਉੱਥੇ ਜਾਂਦੇ ਨੇ, ਇੰਚਾਰਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉੱਥੇ ਜਾਂਦੇ ਨੇ ਔਰ ਸਾਰਿਆਂ ਦੀਆਂ ਨਜ਼ਰਾਂ ਹੁਣ ਇਸ ਪਾਸੇ ਰਹਿਣਗੀਆਂ। ਅਗਰ ਰਾਜਾ ਵੜਿੰਗ ਔਰ ਦਵਿੰਦਰ ਯਾਦਵ ਵੀ ਉਸ ਮੰਚ 'ਤੇ ਬੋਲ ਕੇ ਜਾਂਦੇ ਨੇ, ਇਹਦੇ ਨਾਲ 2024 ਤੋਂ ਪਹਿਲਾਂ ਕਾਂਗਰਸ ਦੇ ਵਿੱਚ ਇੱਕ ਏਕਤਾ ਦਾ ਸੁਨੇਹਾ ਜਾਏਗਾ। ਅਗਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਹੀਂ ਜਾਂਦੇ ਤਾਂ ਫਿਰ ਕਈ ਤਰ੍ਹਾਂ ਦੀਆਂ ਮੀਡੀਆ ਦੇ ਵਿੱਚ ਚਰਚਾਵਾਂ ਨੇ ਜਿਹੜੀਆਂ ਸ਼ੁਰੂ ਹੋਣਗੀਆਂ ਕਿ ਉਹ ਆਖਰ ਕਿਉਂ ਨਹੀਂ ਗਏ। ਔਰ ਇਹ ਬਹੁਤ ਮਹੱਤਵਪੂਰਨ ਹੈ ਕਿ ਇੱਕ ਤੋਂ ਬਾਅਦ ਇੱਕ ਨਵਜੋਤ ਸਿੰਘ ਸਿੱਧੂ ਲਗਾਤਾਰ ਰੈਲੀਆਂ ਕਰਨਗੇ, ਕਿਉਂਕਿ ਸੂਤਰਾਂ ਤੋਂ ਇਹ ਖਬਰਾਂ ਮਿਲੀਆਂ ਨੇ ਕਿ ਬਹੁਤ ਸਾਰੇ ਵਲੰਟੀਅਰ ਵਰਕਰ ਆਗੂ ਨੇ ਜਿਹੜੇ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਹਲਕੇ ਦੇ ਵਿੱਚ ਵੀ ਆ ਕੇ ਵਰਕਰ ਮੀਟਿੰਗ ਕਰਨ, ਵਰਕਰ ਰੈਲੀ ਕਰਨ। ਸੋ ਆਉਂਦੇ ਦਿਨਾਂ 'ਚ ਨਵਜੋਤ ਸਿੰਘ ਸਿੱਧੂ ਦੇ ਪ੍ਰੋਗਰਾਮ ਨੇ ਜਿਹੜੇ ਉਹ ਪੰਜਾਬ 'ਚ ਵੱਖ ਵੱਖ ਥਾਵਾਂ 'ਤੇ ਵੇਖਣ ਨੂੰ ਮਿਲ ਸਕਦੇ ਨੇ।
ਡਰਾ ਜੀ ਉਹਦੇ ਨਾਲ ਹੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਿਚਕਾਰ ਸਮਝੌਤੇ ਨੂੰ ਲੈ ਕੇ ਜਿਹੜਾ ਰਿੜਕਾ ਹੈ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ, ਕਿਉਂਕਿ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਵਰਕਰ, ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਇਸ ਫੈਸਲੇ ਨੂੰ ਲੈ ਕੇ ਵੰਡੇ ਹੋਏ ਨਜ਼ਰ ਆ ਰਹੇ ਨੇ। ਕੁਝ ਵੱਡੇ ਲੀਡਰ ਸਮਝੌਤੇ ਦੇ ਹੱਕ ਵਿੱਚ ਵੀ ਨਜ਼ਰ ਆਉਂਦੇ ਨੇ ਤਾਂ ਦੂਜੇ ਪਾਸੇ ਕੁਝ ਵੱਡੇ ਲੀਡਰ ਸਮਝੌਤੇ ਦਾ ਸਖ਼ਤ ਵਿਰੋਧ ਕਰਦੇ ਵੀ ਨਜ਼ਰ ਆ ਰਹੇ ਨੇ। ਅਤੇ ਇਸੇ ਦਰਮਿਆਨ ਕਾਂਗਰਸ ਪਾਰਟੀ ਦੇ ਇੱਕ ਵੱਡੇ ਲੀਡਰ ਨੇ ਪਾਰਟੀ ਹਾਈਕਮਾਂਡ ਦੇ ਨਾਲ ਮੁਲਾਕਾਤ ਕੀਤੀ ਹੈ, ਵਕਾਲਤ ਕੀਤੀ ਹੈ ਸਮਝੌਤੇ ਨੂੰ ਲੈ ਕੇ। ਸੋ ਕਿਵੇਂ ਦੇਖੀਏ, ਕਿਉਂਕਿ ਪੰਜਾਬ ਕਾਂਗਰਸ ਦੇ ਵਿੱਚ ਨਿੱਤ ਇਹ ਰੌਲੇ ਸੁਣਨ ਨੂੰ ਵੇਖਣ ਨੂੰ ਮਿਲ ਹੀ ਰਹੇ ਨੇ ਆਮ ਆਦਮੀ ਪਾਰਟੀ ਦੇ ਨਾਲ ਸਮਝੌਤੇ ਨੂੰ ਲੈ ਕੇ। ਹੁਣ ਤਾਜ਼ਾ ਜਾਣਕਾਰੀ, ਤਾਜ਼ਾ ਅਪਡੇਟ ਇਸ ਮਾਮਲੇ 'ਤੇ ਕੀ ਹੈ? ਕੋਈ ਸ਼ੱਕ ਨਹੀਂ ਹੈ ਹਰਜੋਤ ਜੀ ਕਿ ਕਾਂਗਰਸ ਦੇ ਵਿੱਚ ਬਹੁਤ ਵੱਡਾ ਅੰਦਰੂਨੀ ਰੌਲਾ ਹੈ, ਪੰਜਾਬ ਕਾਂਗਰਸ ਦੇ ਵਿੱਚ ਔਰ ਸੈਂਟਰਲ ਹਾਈ ਕਮਾਂਡ ਦੇ ਵਿੱਚ। ਪੰਜਾਬ ਦੇ ਕਈ ਜਿਹੜੇ ਲੀਡਰ ਨੇ ਉਹ ਲਗਾਤਾਰ ਹਾਈ ਕਮਾਂਡ ਦਾ ਵਿਰੋਧ ਕਰ ਰਹੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਨਾ, ਅਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਨਹੀਂ ਲੜਨੀਆਂ। ਅਜਿਹੀ ਸੂਰਤ ਦੇ ਵਿੱਚ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਕਾਂਗਰਸ ਦੀ ਹਾਈ ਕਮਾਂਡ ਫੈਸਲਾ ਕੀ ਕਰਦੀ ਹੈ। ਮੈਂ ਉਹਦੇ 'ਤੇ ਵੀ ਆਉਣਾ, ਪਰ ਮੈਂ ਉਸ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਕੁਝ ਦਿਨ ਪਹਿਲਾਂ ਕਾਂਗਰਸ ਦੇ ਹਾਈ ਕਮਾਂਡ ਨੇ ਪੰਜਾਬ ਦੀ ਲੀਡਰਸ਼ਿਪ ਸੱਦੀ ਸੀ, ਜਿਹਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਮੈਂਬਰ ਪਾਰਲੀਮੈਂਟ, ਬਹੁਤ ਸਾਰੇ ਸੰਗਠਨ ਦੇ ਅਹੁਦੇਦਾਰ, ਪ੍ਰਭਾਰੀ ਬੀਬੀ ਅੰਬਿਕਾ ਸੋਨੀ ਵੀ ਬੈਠੇ ਸੀ, ਪ੍ਰਭਾਰੀ ਦਵਿੰਦਰ ਯਾਦਵ ਬੈਠੇ ਸੀ, ਐਕਟਿੰਗ ਪ੍ਰਧਾਨ ਬੈਠੇ ਸੀ, ਰਾਣਾ ਗੁਰਜੀਤ ਬੈਠੇ ਸੀ, ਨਵਜੋਤ ਸਿੰਘ ਸਿੱਧੂ ਬੈਠੇ ਸੀ, ਮਨੀਸ਼ ਤਿਵਾੜੀ ਬੈਠੇ ਸੀ, ਜਿਹੜੇ ਹੋਰ ਮੈਂਬਰ ਪਾਰਲੀਮੈਂਟ ਨੇ ਗੁਰਜੀਤ ਔਜਲਾ ਬੈਠੇ ਸੀ। ਸੋ ਬਹੁਤ ਸਾਰੇ ਕਾਂਗਰਸ ਦੇ ਅਹੁਦੇਦਾਰ, ਐਕਸ MLA, ਐਕਸ ਪ੍ਰੈਜ਼ੀਡੈਂਟ, ਮੌਜੂਦਾ ਪ੍ਰੈਜ਼ੀਡੈਂਟ, ਮੌਜੂਦਾ MLA, ਕਈ ਮੌਜੂਦਾ ਮੈਂਬਰ ਪਾਰਲੀਮੈਂਟ ਬੈਠੇ ਸੀ। ਔਰ ਉਸ ਮੀਟਿੰਗ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰ ਕਿਹਾ ਕਿ ਕਈ ਗੱਲਾਂ ਜਿਹੜੀਆਂ ਨੇ ਉਹ ਪਾਰਟੀ ਪੱਧਰ ਦੀਆਂ ਸੀ, ਅਸੀਂ ਬਾਹਰ ਨਹੀਂ ਕਰ ਸਕਦੇ। ਕਈ ਲੀਡਰਾਂ ਨੇ ਕਿਹਾ ਕਿ ਜੋ ਸਾਨੂੰ ਸਾਡੀ ਹਾਈ ਕਮਾਂਡ ਨੇ ਪੁੱਛਣਾ ਸੀ ਅਸੀਂ ਦੱਸ ਦਿੱਤਾ। ਔਰ ਉਸ ਮੀਟਿੰਗ ਤੋਂ ਬਾਅਦ ਇਹ ਵੀ ਕਿਹਾ ਲੀਡਰਾਂ ਨੇ ਕਿ ਜਿਹੜਾ ਫੈਸਲਾ ਹੈ ਉਹ ਹੁਣ ਹਾਈ ਕਮਾਂਡ ਨੇ ਕਰਨਾ ਹੈ ਕਿ ਕੀ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜਨੀਆਂ ਨੇ ਪੰਜਾਬ 'ਚ ਜਾਂ ਆਪਣੇ ਦਮ 'ਤੇ ਚੋਣਾਂ ਲੜਨੀਆਂ ਨੇ। ਸੋ ਹੁਣ ਅਸੀਂ ਕਿਸੇ ਤਰ੍ਹਾਂ ਦੀ ਜਿਹੜੀ ਇਹਦੇ 'ਤੇ ਬਿਆਨਬਾਜ਼ੀ ਨਹੀਂ ਕਰਨੀ, ਹਾਈ ਕਮਾਂਡ ਦਾ ਜੋ ਫੈਸਲਾ ਹੋਏਗਾ ਸਾਨੂੰ ਮਨਜ਼ੂਰ ਹੋਏਗਾ। ਪਰ ਅਗਰ ਥੋੜ੍ਹਾ ਪਿੱਛੇ ਚੱਲੀਏ, ਦਿੱਲੀ ਜਾਣ ਤੋਂ ਪਹਿਲਾਂ ਬਹੁਤ ਸਾਰੇ ਲੀਡਰ ਲਗਾਤਾਰ ਕਹਿੰਦੇ ਰਹੇ ਕਿ ਅਸੀਂ ਕਿਸੇ ਕੀਮਤ 'ਤੇ ਵੀ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਨਹੀਂ ਲੜਨੀਆਂ। ਇੱਕ ਆਗੂ ਨੇ ਇੱਥੋਂ ਤੱਕ ਕਹਿਤਾ ਅਸੀਂ ਘਰ ਬੈਠ ਜਾਂਗੇ ਅਗਰ ਇਸ ਤਰ੍ਹਾਂ ਹੁੰਦਾ ਹੈ। ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ, ਤਲਖ ਟਿੱਪਣੀਆਂ ਵੀ ਹੋਈਆਂ, ਮੀਟਿੰਗਾਂ 'ਚ, ਧਰਨਿਆਂ 'ਚ ਲੋਕਾਂ ਦੇ ਹੱਥ ਚੁਕਾਏ ਗਏ ਕਿ ਤੁਸੀਂ ਚਾਹੁੰਦੇ ਹੋ ਆਮ ਆਦਮੀ ਪਾਰਟੀ ਨਾਲ ਸਮਝੌਤਾ ਜਾਂ ਨਹੀਂ, ਜਿਹੜੇ ਚਾਹੁੰਦੇ ਨੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਨਾ ਲੜੀਏ ਹੱਥ ਖੜੇ ਕਰੋ। ਅਤੇ ਪੰਡਾਲ 'ਚ ਜਦੋਂ ਕਿਸੇ ਲੀਡਰ ਦੇ ਸਮਰਥਕ ਬੈਠੇ ਹੁੰਦੇ ਨੇ ਤਾਂ ਉਹ ਸਾਰੇ ਹੱਥ ਖੜੇ ਕਰ ਦਿੰਦੇ ਸੀ ਕਿ ਨਹੀਂ ਸਮਝੌਤਾ ਕਰਨਾ, ਆਪਣੇ ਦਮ 'ਤੇ ਲੜਾਂਗੇ। ਪਰ ਕਾਂਗਰਸ ਦੀ ਹਾਈ ਕਮਾਂਡ ਦੀ ਦੁਚਿੱਤੀ ਹੋਰ ਹੈ। ਕਾਂਗਰਸ ਦੀ ਹਾਈ ਕਮਾਂਡ ਸਮਝੌਤਾ ਕਰਨਾ ਚਾਹੁੰਦੀ ਹੈ ਕਿਉਂਕਿ ਇਹ ਮੰਨਿਆ ਜਾ ਰਿਹਾ ਕਿ ਅਗਰ ਉਹ ਪੰਜਾਬ 'ਚ ਸਮਝੌਤਾ ਨਹੀਂ ਕਰਦੇ ਤਾਂ ਫਿਰ ਬੰਗਾਲ 'ਚ ਸਮਝੌਤਾ ਬੜਾ ਔਖਾ ਹੈ, ਬਿਹਾਰ 'ਚ ਔਖਾ ਹੈ, ਯੂਪੀ 'ਚ ਔਖਾ ਹੈ। ਪਹਿਲਾਂ ਹੀ ਜਿਹੜੇ ਤ੍ਰਿਣਮੂਲ ਕਾਂਗਰਸ ਦੇ ਆਗੂ ਨੇ ਪੱਛਮੀ ਬੰਗਾਲ 'ਚ, ਉਹਨਾਂ ਦਾ ਕੱਲ੍ਹ ਬਿਆਨ ਆ ਗਿਆ ਕਿ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਹੈ ਉਹ ਤਾਂ ਮਿਲ ਕੇ ਚੱਲਣ ਨੂੰ ਤਿਆਰ ਹੈ, ਪਰ ਜਿਹੜੀ ਬੰਗਾਲ ਦੀ ਸਥਾਨਕ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਪਹਿਲਾਂ CPM ਨਾਲ ਉਹਨਾਂ ਨੇ ਸਮਝੌਤਾ ਕਰ ਲਿਆ ਅਤੇ ਉਹਨੇ BJP ਦਾ ਫਾਇਦਾ ਕਰਾਤਾ। ਮਤਲਬ ਕਿ ਤ੍ਰਿਣਮੂਲ ਕਾਂਗਰਸ ਨਹੀਂ ਚਾਹੁੰਦੀ ਕਿ ਅਸੀਂ ਜ਼ਿਆਦਾ ਸੀਟਾਂ ਕਾਂਗਰਸ ਨੂੰ ਪੱਛਮੀ ਬੰਗਾਲ 'ਚ ਦਈਏ। ਪੱਛਮੀ ਬੰਗਾਲ ਦੀ ਕਾਂਗਰਸ ਦੀ ਇਕਾਈ ਨਹੀਂ ਚਾਹੁੰਦੀ ਕਿ ਸਾਨੂੰ ਸੀਟਾਂ ਨਾ ਮਿਲਣ,
ਉਹ ਵੱਧ ਸੀਟਾਂ ਚਾਹੁੰਦੇ ਨੇ, ਸੋ ਪੱਛਮੀ ਬੰਗਾਲ 'ਚ ਵੀ ਰਿੜਕ ਹੈ। ਸੋ ਜੇ ਕਾਂਗਰਸ ਹਾਈ ਕਮਾਂਡ ਪੰਜਾਬ 'ਚ ਸਮਝੌਤਾ ਆਪ ਨਾਲ ਨਹੀਂ ਕਰੇਗੀ ਤਾਂ ਪੱਛਮੀ ਬੰਗਾਲ 'ਚ ਵੀ ਸਮਝੌਤਾ ਔਖਾ ਹੋ ਜਾਣਾ, ਉੱਤਰ ਪ੍ਰਦੇਸ਼ 'ਚ ਵੀ, ਬਿਹਾਰ 'ਚ ਵੀ, ਮਹਾਰਾਸ਼ਟਰ 'ਚ ਵੀ। ਸੋ ਸਥਿਤੀਆਂ ਬਹੁਤ ਕਾਂਗਰਸ ਲਈ ਖਰਾਬ ਹੋ ਜਾਣਗੀਆਂ। ਪਰ ਕਾਂਗਰਸ ਦੀ ਚਿੰਤਾ, ਹਾਈ ਕਮਾਂਡ ਦੀ ਚਿੰਤਾ ਘਟੀ। ਹੁਣ ਪਤਾ ਇਹ ਲੱਗਿਆ ਕਿ ਪੰਜਾਬ 'ਚ ਕਾਂਗਰਸ ਦਾ ਇੱਕ ਆਗੂ ਜਿਹੜਾ ਸਥਾਨਕ ਲੀਡਰਸ਼ਿਪ ਦੀ ਹਾਂ ਦੇ ਵਿੱਚ ਹਾਂ ਵੀ ਵਿੱਚ ਵਿੱਚ ਮਿਲਾ ਰਿਹਾ ਸੀ, ਉਹਨੇ ਕਾਂਗਰਸ ਦੀ ਹਾਈ ਕਮਾਂਡ ਨੂੰ ਜਾ ਕੇ ਕਹਿ ਦਿੱਤਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜਨੀਆਂ ਜ਼ਰੂਰੀ ਹੈ। ਅਗਰ ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜੀਆਂ ਜਾਂਦੀਆਂ ਨੇ ਤਾਂ ਉਹਦੇ ਨਾਲ ਫਾਇਦਾ ਹੋਏਗਾ ਕਾਂਗਰਸ ਨੂੰ। ਔਰ ਉਹਨਾਂ ਨੇ ਪੰਜਾਬ 'ਚ ਕਾਂਗਰਸ ਦੀ ਜ਼ਮੀਨੀ ਹਕੀਕਤ ਆਪਣੀਆਂ ਨਜ਼ਰਾਂ ਦੇ ਨਾਲ, ਅੱਖਾਂ ਦੇ ਨਾਲ ਵੀ ਕਾਂਗਰਸ ਅੱਗੇ ਬਿਆਨ ਕੀਤੀ, ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਬਹੁਤ ਸਾਰੇ ਜਿਹੜੇ ਲੀਡਰ ਨੇ ਉਸ ਆਗੂ ਤੋਂ ਖਫਾ ਮੰਨੇ ਜਾ ਰਹੇ ਨੇ, ਨਾਰਾਜ਼ ਮੰਨੇ ਜਾ ਰਹੇ ਨੇ। ਕਾਂਗਰਸ ਦੇ ਬਹੁਤ ਸਾਰੇ ਲੀਡਰਾਂ ਨੂੰ ਉਸ ਆਗੂ ਦਾ ਨਾਮ ਪਤਾ ਹੈ, ਉਸ ਆਗੂ ਦਾ ਨਾਮ ਹਾਲੇ ਮੀਡੀਆ ਦੇ ਵਿੱਚ ਨਹੀਂ ਆਇਆ। ਮੀਡੀਆ ਦੇ ਵਿੱਚ ਇਸ ਸੰਬੰਧ 'ਚ ਰਿਪੋਰਟਾਂ ਜ਼ਰੂਰ ਛਪ ਰਹੀਆਂ ਨੇ ਕਿ ਉਹ ਕਿਹੜਾ ਆਗੂ ਹੈ ਕਾਂਗਰਸ ਦਾ ਜਿਹੜਾ ਉੱਪਰ ਜਾ ਕੇ ਕਹਿ ਕੇ ਆਇਆ ਕਿ ਅਸੀਂ ਸਮਝੌਤਾ ਕਰ ਲਈਏ, ਪੰਜਾਬ 'ਚ ਜ਼ਰੂਰੀ ਹੈ। ਹੁਣ ਅਗਲੇ ਦਿਨਾਂ ਦੇ ਵਿੱਚ ਇਸ ਪੂਰੇ ਮਾਮਲੇ 'ਤੇ ਕੀ ਡਿਵੈਲਪਮੈਂਟ ਹੁੰਦੀ ਹੈ ਇਹਦੇ ਉੱਪਰ ਨਜ਼ਰ ਬਣੀ ਰਹੂਗੀ। ਪਰ ਇਹ ਵੀ ਪਤਾ ਲੱਗਿਆ ਕਿ ਕੁਝ ਆਗੂ ਇੱਥੋਂ ਤੱਕ ਕਹਿ ਰਹੇ ਨੇ ਕਿ ਅਗਰ ਹਾਈ ਕਮਾਂਡ ਨੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਕੀਤਾ ਤਾਂ ਸਾਨੂੰ ਕੋਈ ਬਦਲਵਾਂ ਫੈਸਲਾ ਲੈਣਾ ਪੈ ਸਕਦਾ। ਹੁਣ ਸ਼ੱਕ ਅਤੇ ਸਵਾਲ ਖੜ੍ਹੇ ਹੁੰਦੇ ਨੇ ਕਿ ਪੰਜਾਬ 'ਚ ਕਾਂਗਰਸ ਦੇ ਕੁਝ ਲੀਡਰ ਸਮੂਹਿਕ ਤੌਰ 'ਤੇ ਅਸਤੀਫਾ ਦੇ ਦੇਣਗੇ। ਉਂਝ ਕੁਝ ਇੱਕ ਲੀਡਰ ਨੇ ਇਹ ਵੀ ਕਿਹਾ ਸੀ ਕਿ ਅਗਰ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ 'ਚੋਂ ਨਾ ਕੱਢਿਆ ਤਾਂ ਅਸੀਂ ਸਖਤ ਕਦਮ ਲਵਾਂਗੇ। ਸੋ ਉਹਨੇ ਤਾਂ ਹਜੇ ਸਖਤ ਕਦਮ ਚੱਕਿਆ ਨਹੀਂ ਕੋਈ, ਬਾਕੀ ਪਤਾ ਨਹੀਂ, ਕਿਸੇ ਦਾ ਭਰੋਸਾ ਨਹੀਂ, ਕੋਈ ਚੁੱਪ ਚਪੀਤੇ ਹੀ ਸਖਤ ਕਦਮ ਚੱਕ ਜੇ। ਉਂਝ ਭਾਈ ਕੋਈ ਆਪਣੇ ਆਪ ਨੂੰ ਸਖਤ ਕਦਮ ਚੱਕ ਕੇ ਨੁਕਸਾਨ ਨਾ ਪਹੁੰਚਾਈਓ, ਪੰਜਾਬ ਦੇ ਭਲੇ ਲਈ ਕਰੀਓ ਜੋ ਕਰੋਗੇ। ਹੁਣ ਕੀ ਅਗਰ ਆਮ ਆਦਮੀ ਪਾਰਟੀ ਨਾਲ ਸਮਝੌਤਾ ਹੁੰਦਾ ਆਪ ਦਾ, ਅਗਰ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਹੁੰਦਾ ਤਾਂ ਕੀ ਕਾਂਗਰਸ ਦੇ ਕੁਝ ਲੀਡਰ ਕਾਂਗਰਸ ਛੱਡ ਜਾਣਗੇ? ਇਸ ਗੱਲ ਦੀ ਵੀ ਬੜੀ ਚਿੰਤਾ ਹੋਣੀ ਹੈ ਕਾਂਗਰਸ ਦੀ ਹਾਈ ਕਮਾਂਡ ਨੂੰ ਅਗਰ ਅਜਿਹਾ ਹੋ ਗਿਆ। ਸੋ ਇਸ ਕਰਕੇ ਇਹ ਬੜੀ ਦੁਚਿੱਤੀ ਵਾਲੀ ਗੱਲ ਬਣੀ ਪਈ ਹੈ ਕਾਂਗਰਸ ਦੀ ਹਾਈ ਕਮਾਂਡ ਲਈ। ਹੁਣ ਅਗਲੇ 2-4 ਦਿਨਾਂ ਦੇ ਵਿੱਚ ਕਾਂਗਰਸ ਦੀ ਹਾਈ ਕਮਾਂਡ ਨੇ ਸੀਟ ਸ਼ੇਅਰਿੰਗ ਅਤੇ ਇੰਡੀਆ ਗਠਬੰਧਨ ਦੇ ਆਪਣੇ ਸਹਿਯੋਗੀਆਂ ਦੇ ਨਾਲ ਵੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਨਾ। ਸੋ ਉਸ ਸਿਲਸਿਲੇ ਦੇ ਦਰਮਿਆਨ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਏਗਾ। ਇਹਦੇ ਨਾਲ ਹੀ ਮੈਂ ਦੱਸ ਦੇਵਾਂ, ਕੱਲ੍ਹ ਆਮ ਆਦਮੀ ਪਾਰਟੀ ਦੇ ਵਿੱਚ ਵੀ ਇੱਕ ਮੀਟਿੰਗ ਹੋਈ ਹੈ ਉਹਨਾਂ ਦੀ ਕੌਮੀ ਕੌਂਸਲ ਦੀ, ਜਿਹਦੇ ਵਿੱਚ ਉਹਨਾਂ ਨੇ ਗਠਬੰਧਨ ਦੇ ਮਸਲੇ ਦੇ ਉੱਤੇ ਵਿਚਾਰ ਚਰਚਾ ਅੱਗੇ ਵਧਾਈ ਹੈ। ਉਂਝ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਪਤਾ ਲੱਗਿਆ ਕਿ ਉਹ ਉੱਕਾ ਹੀ ਆ ਪੰਜਾਬ 'ਚ ਕਾਂਗਰਸ ਨਾਲ ਸਮਝੌਤਾ ਕਰਨ ਦੇ ਮੂਡ 'ਚ ਨਹੀਂ ਹੈ। ਉਹ ਚਾਹੁੰਦੇ ਨੇ ਕਿ ਮੈਂ 13 ਦੀਆਂ 13 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੇ ਝੋਲੀ ਪਾਵਾਂ। ਸੋ ਭਗਵੰਤ ਮਾਨ ਦਾ ਇਹ ਦਾਅਵਾ ਉਸ ਵੇਲੇ ਮਜ਼ਬੂਤ ਹੋ ਜਾਂਦਾ ਹੈ ਜਦੋਂ ਪੰਜਾਬ 'ਚ ਕਾਂਗਰਸ ਦੇ ਪ੍ਰੈਜ਼ੀਡੈਂਟ ਔਰ ਲੀਡਰ ਆਫ ਓਪੋਜੀਸ਼ਨ ਵਿਰੋਧ ਕਰਦੇ ਨੇ ਕਿ ਅਸੀਂ ਆਪ ਨਾਲ ਸਮਝੌਤਾ ਨਹੀਂ ਕਰਨਾ। ਸੋ ਅਗਰ ਕਾਂਗਰਸ ਦੀ ਹਾਈ ਕਮਾਂਡ ਸੀਟ ਵੰਡ 'ਤੇ ਆਏਗੀ ਆਮ ਆਦਮੀ ਪਾਰਟੀ ਨਾਲ ਤਾਂ ਉੱਥੇ ਭਗਵੰਤ ਮਾਨ ਅੜਨਗੇ ਕਿ ਤੁਹਾਡੀ ਸਥਾਨਕ ਲੀਡਰਸ਼ਿਪ ਤਾਂ ਸਮਝੌਤਾ ਹੀ ਨਹੀਂ ਕਰਨਾ ਚਾਹੁੰਦੀ, ਪਹਿਲਾਂ ਸਥਾਨਕ ਲੀਡਰਸ਼ਿਪ ਮੈਨੂੰ ਆ ਕੇ ਕਹੇ ਕਿ ਅਸੀਂ ਸਮਝੌਤਾ ਕਰਨ ਲਈ ਤਿਆਰ ਹਾਂ। ਸੋ ਇਸ ਕਰਕੇ ਕਾਂਗਰਸ ਦੀ ਹਾਈ ਕਮਾਂਡ ਦੀਆਂ ਚਿੰਤਾਵਾਂ ਕੁਝ ਲੀਡਰਾਂ ਨੇ ਵਧਾ ਰੱਖੀਆਂ ਨੇ। ਆਉਂਦੇ ਦਿਨਾਂ ਦੇ ਵਿੱਚ ਕੀ ਗੱਲ ਬਣਦੀ ਹੈ, ਕੀ ਕੋਈ ਘਿਓ ਖਿਚੜੀ ਹੁੰਦਾ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿਚਾਲੇ, ਜਾਂ ਦੋਵੇਂ ਵੱਖਰੇ ਵੱਖਰੇ ਚੱਲਦੇ ਨੇ, ਬੜਾ ਦਿਲਚਸਪ ਰਹੂਗਾ ਸਿਆਸਤ ਦਾ ਨਵਾਂ ਮੋੜ 2024 'ਚ ਪੰਜਾਬ 'ਚ।
ਦਲਾ ਜੀ, ਖਬਰਾਂ ਕੁਝ ਇਹ ਵੀ ਆ ਰਹੀਆਂ ਨੇ ਕਿ ਕਿਸਾਨ ਇੱਕ ਵਾਰ ਫਿਰ ਜੋ ਹੈ ਦਿੱਲੀ ਦੇ ਵਿੱਚ ਕੇਂਦਰ ਦੇ ਖਿਲਾਫ ਮੋਰਚਾ ਲਗਾ ਸਕਦੇ ਨੇ। ਸੋ ਇਸ ਪੂਰੇ ਮਾਮਲੇ ਤੇ ਅਪਡੇਟ, ਪੂਰੀ ਜਾਣਕਾਰੀ ਤੁਸੀਂ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ। ਹਰਜੋਤ ਜੀ, ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਸ ਵੇਲੇ ਕਿਸਾਨਾਂ ਨੇ ਜਦੋਂ ਅੰਦੋਲਨ ਖਤਮ ਕਰਨ ਦੀਆਂ ਯੋਜਨਾਵਾਂ ਬਣਾਈਆਂ ਮਿਲ ਕੇ ਭਾਰਤ ਸਰਕਾਰ ਦੇ ਨਾਲ, ਜਦੋਂ ਲਗਾਤਾਰ ਮੀਟਿੰਗਾਂ ਹੋ ਰਹੀਆਂ ਸੀ ਕਿਸਾਨਾਂ ਦੀਆਂ, ਉਦੋਂ ਇਸ ਗੱਲ 'ਤੇ ਸਹਿਮਤੀ ਵੀ ਬਣੀ ਸੀ ਕਿ MSP ਦੇ ਕਾਨੂੰਨ ਦੇ ਲਈ ਕੇਂਦਰ ਸਰਕਾਰ ਕਮੇਟੀ ਬਣਾਏਗਾ, ਪਰ ਉਹ ਗੱਲ ਕਮੇਟੀ ਤੋਂ ਅੱਗੇ ਵਧੀ ਨਹੀਂ ਔਰ MSP ਦਾ ਕਾਨੂੰਨ ਬਣਿਆ ਨਹੀਂ। ਹੋਰ ਵੀ ਬਹੁਤ ਸਾਰੇ ਕਿਸਾਨਾਂ ਦੇ ਮਸਲੇ ਸੀ, ਲਖੀਮਪੁਰ ਖੀਰੀ ਦੇ ਇਨਸਾਫ ਦਾ ਮਾਮਲਾ ਸੀ, ਬਿਜਲੀ ਸਮਝੌਤੇ ਦਾ ਬਿੱਲ ਦਾ ਮਾਮਲਾ ਸੀ, ਪਰ ਕਿਸਾਨਾਂ ਦਾ ਕਹਿਣਾ ਕਿ ਸਾਡੀਆਂ ਬਹੁਤ ਸਾਰੀਆਂ ਮੰਗਾਂ ਪ੍ਰਵਾਨ ਹੀ ਨਹੀਂ ਕੀਤੀਆਂ ਗਈਆਂ, ਬਹੁਤ ਸਾਰੇ ਕਿਸਾਨਾਂ 'ਤੇ ਕੇਸ ਦਰਜ ਸੀ, ਉਹਨਾਂ ਨੂੰ ਰੱਦ ਕੀਤੇ ਜਾਣ ਦਾ ਮਾਮਲਾ ਸੀ। ਹੁਣ ਫਿਰ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਮੀਟਿੰਗ ਹੋਈ ਹੈ। ਹੁਣ ਪੰਜਾਬ 'ਚ 2 ਜਨਵਰੀ ਨੂੰ ਜੰਡਿਆਲਾ ਗੁਰੂ 'ਚ ਵੱਡੀ ਰੈਲੀ ਹੋਣੀ ਹੈ, ਕਿਸਾਨਾਂ ਦੀ ਮੀਟਿੰਗ ਹੋਣੀ ਹੈ, ਔਰ 6 ਜਨਵਰੀ ਨੂੰ ਬਰਨਾਲਾ ਦੇ ਵਿੱਚ, ਔਰ ਕਿਸਾਨ ਯੂਨੀਅਨਾਂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਹੜੇ ਸੂਬਾ ਪ੍ਰਧਾਨ ਨੇ ਜਗਜੀਤ ਸਿੰਘ ਡੱਲੇਵਾਲ, ਉਹਨਾਂ ਨੇ ਵੀ ਕਿਹਾ ਕਿ 18 ਹੋਰ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ, ਨੋਨ ਪੋਲੀਟੀਕਲ ਜਿਹੜਾ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ, ਇਹ ਸਾਰੀਆਂ ਜਥੇਬੰਦੀਆਂ ਫਰਵਰੀ ਮਹੀਨੇ ਫਿਰ ਦਿੱਲੀ ਕੂਚ ਕਰ ਸਕਦੀਆਂ ਨੇ। ਜਗਜੀਤ ਸਿੰਘ ਡੱਲੇਵਾਲ ਦਾ ਸਾਫ਼ ਕਹਿਣਾ ਹੈ ਕਿ MSP ਦੇ ਕਾਨੂੰਨ ਦੇ ਮਸਲੇ ਦੇ ਉੱਤੇ ਕੇਂਦਰ ਸਰਕਾਰ ਨੇ ਬਿਲਕੁਲ ਵੀ ਕਦਮ ਅੱਗੇ ਨਹੀਂ ਵਧਾਏ, ਔਰ ਸਾਨੂੰ ਪਤਾ 2024 ਦੇ ਵਿੱਚ ਲੋਕ ਸਭਾ ਚੋਣਾਂ ਹੋ ਸਕਦੀਆਂ ਨੇ, ਜਾਂ ਤਾਂ ਫਰਵਰੀ 'ਚ ਹੋ ਸਕਦੀਆਂ ਨੇ, ਜਾਂ ਮਾਰਚ ਦੇ ਅਖੀਰ 'ਚ ਹੋ ਸਕਦੀਆਂ ਨੇ, ਜਾਂ ਅਪ੍ਰੈਲ ਦੇ ਵਿੱਚ ਚੋਣਾਂ ਹੋ ਸਕਦੀਆਂ ਨੇ। ਇਸ ਕਰਕੇ ਕਿਸਾਨ ਚਾਹੁੰਦੇ ਨੇ ਕਿ ਇਸ ਵੇਲੇ ਅਗਰ ਸਾਡਾ ਮੋਰਚਾ ਦਿੱਲੀ ਦੇ ਵਿੱਚ ਲੱਗੇ ਤਾਂ ਕੇਂਦਰ ਸਰਕਾਰ 'ਤੇ ਚੋਣਾਂ ਤੋਂ ਪਹਿਲਾਂ ਦਬਾਅ ਪਏਗਾ, ਔਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਗਰ ਫਰਵਰੀ ਜਾਂ ਮਾਰਚ ਦੇ ਵਿੱਚ ਵੀ ਕਿਸਾਨ ਮੋਰਚਾ ਲਾਉਣਾ ਚਾਹੁਣ ਤਾਂ ਉਸ ਵੇਲੇ ਤੱਕ ਜਿਹੜੀ ਕੜਾਕੇ ਦੀ ਸਰਦੀ ਹੈ ਉਹ ਵੀ ਖਤਮ ਹੋ ਚੁੱਕੀ ਹੋਣੀ ਹੈ। ਉਂਝ ਕਿਸਾਨਾਂ ਨੂੰ ਸਰਦੀ ਕਹਿੰਦੀ ਕੁਝ ਨਹੀਂ, ਜਦੋਂ ਕਿਸਾਨ ਲੋਕ ਹਿੱਤ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਨਵੰਬਰ, ਦਸੰਬਰ, ਜਨਵਰੀ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਧਰਨਿਆਂ 'ਤੇ ਬਹਿ ਸਕਦੇ ਨੇ, ਅਤੇ ਫਰਵਰੀ ਦੀ ਠੰਡ ਵੀ ਕਿਸਾਨਾਂ ਨੂੰ ਕੁਝ ਨਹੀਂ ਕਹਿੰਦੀ, ਪਰ ਕਿਸਾਨ ਹੁਣ ਜਾਣ ਦਾ ਮਨ ਬਣਾ ਰਹੇ ਨੇ। ਹੁਣ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਕਿਸਾਨਾਂ ਦਾ ਇਹ ਅੰਦੋਲਨ ਦਿੱਲੀ 'ਚ ਕਿੰਨਾ ਕੁ ਤਕੜਾ ਰੁੱਖ ਅਖਤਿਆਰ ਕਰਦਾ ਹੈ, ਕਿੰਨਾ ਕੁ ਇਸ ਕਿਸਾਨ ਅੰਦੋਲਨ ਦਾ ਰੂਪ ਤਕੜਾ ਹੁੰਦਾ ਹੈ। ਅਗਰ ਕਿਸਾਨ ਅੰਦੋਲਨ ਵੱਡਾ ਹੋ ਗਿਆ, ਪੱਕ ਗਿਆ, ਤਾਂ 2024 ਤੋਂ ਪਹਿਲਾਂ ਕਿਸਾਨ ਅੰਦੋਲਨ ਭਾਰਤ ਸਰਕਾਰ ਨੂੰ ਔਰ BJP ਸਰਕਾਰ ਨੂੰ MSP ਦੇ ਕਾਨੂੰਨ 'ਤੇ ਦੁਬਾਰਾ ਸੋਚਣ ਨੂੰ ਮਜਬੂਰ ਕਰ ਸਕਦਾ ਹੈ, ਔਰ ਅਗਰ ਕਿਸਾਨ ਆਪਣੀਆਂ ਮੰਗਾਂ ਨੂੰ ਰਾਜਨੀਤਿਕ ਮੁੱਦਾ ਬਣਾ ਗਏ ਤਾਂ ਭਾਰਤੀ ਜਨਤਾ ਪਾਰਟੀ ਔਰ BJP ਚੋਣਾਂ ਤੋਂ ਪਹਿਲਾਂ ਉਹਨਾਂ ਦੀਆਂ ਮੰਗਾਂ ਮੰਨ ਕੇ ਕਿਸਾਨਾਂ ਨੂੰ ਤੋਹਫੇ ਵੀ ਦੇ ਸਕਦੇ ਨੇ। ਸੋ ਕੀ ਕਿਸਾਨ ਇਹ ਅੰਦੋਲਨ ਕਰ ਸਕਣਗੇ ਉਸ ਪੱਧਰ ਦਾ ਜਿਸ ਤਰ੍ਹਾਂ ਦਾ ਅੰਦੋਲਨ ਉਹਨਾਂ ਨੇ ਪਹਿਲਾਂ ਕੀਤਾ, ਇਹਦੇ ਉੱਪਰ ਵੀ ਬਹੁਤ ਵੱਡੇ ਇਸ ਵਕਤ ਸਾਰਿਆਂ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ। ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ। ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ।